ਕਬੂਤਰ ਫੜ ਜਾਂਦੀ ਕਬੂਤਰ ਡਾਹਣੇ ਚਾਵਲ ਜੀ ਨੇ ਹੁਣ ਉਹ ਸ਼ਾਮਾਂ ਤੱਕ ਬਹਿਣਗੇ ਨਾ ਸਗੋਂ ਚੰਗਾ ਨੀ ਮੈਂ ਤਾਂ ਨੀ ਵੇਚਣ ਦਿੰਦੇ ਨੇ ਕਬੂਤਰ ਫੜ ਅਜੇ ਰੋ ਗਿਆ ਮੈਨੂੰ ਰੱਖਿਆ ਉਹਨੂੰ ਤੇ ਫਿਰ ਉਹ ਨਚਰ ਹੋ ਗਿਆ ਤੇ ਦੀਦੀ ਨਹੀਂ ਹੁਣ ਜਿਹੜੀ ਮੇਰੀ ਗਾਈ ਹੈ ਜੇ ਬੋਰੀ ਕੱਲ ਨੂੰ ਕਹਿਣਗੇ ਕਿ ਵੇਚਣੀ ਮੈਂ ਕਹਾਂਗਾ ਮੈਨੂੰ ਇੰਨਾ ਚਿਰ ਹੋ ਗਿਆ ਮੈਂ ਨਹੀਂ ਵੇਚਣ ਦੇਣੀ ਮੈਂ ਤਾਂ ਕਹਿਣਾ ਵੇਚੋ ਗਾਂ ਜਾਨ ਛਡਾਓ ਪੱਠਿਆਂ ਨੂੰ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਕੀ ਹਾਲ ਚਾਲ ਭਾਈ ਸਾਹਿਬ ਠੀਕ ਠਾਕ ਹੋ ਨਾ ਅੱਜ ਦਾ ਮਜ਼ਾ ਜਿਹਾ ਵਲੋਗ ਕਰਨਾ ਸਟਾਰਟ ਭਾਈ ਹਜੇ ਸੁਬਾਹ ਸੁਬਾਹ ਦਾ ਟਾਈਮ ਜੇ ਅਤੇ ਹੁਣ ਅਸੀਂ ਚੱਲੇ ਜੇ ਪੱਠੇ ਲੈਣ ਅਤੇ ਹਜੇ ਸੂਰਜ ਵੀ ਨਹੀਂ ਚੜਿਆ ਜੇ ਸੂਰਜ ਚੜ ਜੇ ਨਾ ਤਾਂ ਪੱਠੇ ਨਹੀਂ ਵੱਢੇ ਜਾਂਦੇ ਕਿਉਂਕਿ ਬੜੀ ਗਰਮੀ ਹੋ ਜਾਂਦੀ ਹੈ ਅਤੇ ਗਰਮੀ ਹੋਣ ਤੋਂ ਪਹਿਲਾਂ ਪਹਿਲਾਂ ਪੱਠੇ ਲੈ ਆਉਂਦੇ ਹਾਂ ਚਲੋ ਵੀ ਚੱਲੀਏ ਤਾਂ ਜਾ ਕੇ ਪੱਠੇ ਲੈ ਕੇ ਆਈਏ ਅੱਜ ਪਹਿਲੀ ਵਾਰੀ ਅਸੀਂ ਆਪਣੇ ਪੱਠੇ ਲੈਣ ਚੱਲੇ ਜੇ ਆਪਣਾ ਘਾਹ ਵੱਢਣ ਚੱਲੇ ਜੇ ਸਾਡੀ ਪਹਿਲੀ ਤਕਰੀਬਨ 2-2.5 ਕਿੱਲੇ ਵਿਹਲੀ ਪਈ ਹੈ ਉਹਦੇ ਵਿੱਚ ਘਾਹ ਹੋ ਗਿਆ ਤਾਂ ਅਸੀਂ ਅਸੀਂ ਇੱਕ ਵਾਰੀ ਵੀ ਨਹੀਂ ਲੈ ਕੇ ਆਏ ਘਾਹ ਅਤੇ ਅੱਜ ਰਾਹ ਸੁੱਕਿਆ ਤਾਂ ਮੈਂ ਸੋਚਿਆ ਕਿ ਡੇਰੂ ਲੈ ਕੇ ਆਉਂਦੇ ਹਾਂ ਆਪਣੇ ਪੱਠੇ ਸਾਨੂੰ ਕਿਹਾ ਅਸੀਂ ਧੁੱਪ ਚੜ੍ਹਨ ਤੋਂ ਪਹਿਲਾਂ ਕੰਮ ਕਰ ਛੱਡਾਂਗੇ ਇਹ ਤੋਂ ਡੇਰੇ ਜਾ ਕੇ ਸੂਰਜ ਚੜ੍ਹ ਗਏ ਡੇਰੇ ਅਸੀਂ ਪਹੁੰਚ ਗਏ ਜੇ ਅਤੇ ਅੱਜ ਵੀ ਸਾਡੇ ਪੈਲੀ ਇੱਥੋਂ ਲੈ ਕੇ ਨਾ ਜਿੱਥੋਂ ਜਿੱਥੋਂ ਤੱਕ ਘਾਹ ਲੱਭਦਾ ਪੈਣਾ ਘਾਹ ਥੋੜ੍ਹਾ ਥੋੜ੍ਹਾ ਪੀਲਾ ਹੋ ਗਿਆ ਉੱਥੋਂ ਤੱਕ ਸਾਡੀ ਪੈਲੀ ਜੇ ਅਤੇ ਸਾਰੀ ਪੈਲੀ 'ਚ ਘਾਹ ਹੋ ਗਿਆ ਜੇ ਤਾਂ ਅਸੀਂ ਇੱਕ ਦਿਨ ਨਹੀਂ ਖੜਿਆ ਅਸੀਂ ਜਿੱਦਣ ਸੋਚਦੇ ਹਾਂ ਨਾ ਕਿ ਸੁਬਾਹ ਘਾਹ ਖੜਨਾ ਉਦਣ ਬਾਰਿਸ਼ ਪੈ ਜਾਂਦੀ ਸੀ ਅਤੇ ਅੱਜ ਫਿਰ ਇਨਸ਼ਾਅੱਲਾ ਆਏ ਜੇ ਅਤੇ ਹੁਣ ਖੜਾ ਕਰਾਂਗੇ ਅੱਗੋਂ ਤੋਂ ਡੇਲੀ ਅਤੇ ਵੱਢਣੇ ਆ ਘਾਹ ਮੈਂ ਘਾਹ ਵੱਢਾਂਗਾ ਦਾਉ ਥੋੜ੍ਹੀ ਜਿਹੀ ਚੜੀ ਵੱਢ ਲੇਗਾ ਅਤੇ ਜਦੋਂ ਜਦੋਂ ਵੱਢੀ ਤਾਂ ਲੈ ਕੇ ਚੱਲੀਏ ਘਰ ਨੂੰ ਮੈਂ ਸੋਚਿਆ ਆਏ ਤਾਂ ਆਵਾਂ ਨਾਲ ਦਾਉ ਥੋੜ੍ਹੇ ਜਿਹੇ ਪਰਿੰਦੇ ਵੀ ਖੋਲ ਛੱਡਣੇ ਆ ਰੋਟੀ ਪਹਾੜਨੇ ਆ ਅਤੇ ਫਿਰ ਨਾ ਆਉਣਾ ਪਏਗਾ ਐਵੇਂ ਇੱਕ ਵੱਖਰਾ ਫੇਰਾ ਲੱਗ ਜਾਣਾ ਨਾ ਪਰਿੰਦੇ ਜੋਗਾ ਤਾਂ ਬਸ ਮੈਂ ਕਹਿੰਦਾ ਇਕੱਠੇ ਕੰਮ ਮੁਕਾ ਲਈਏ ਦਾਊਦ ਕੁੱਤੇ ਆ ਕੇ ਰੋਟੀ ਪਾਉਣ ਲੱਗਾ ਜੀ ਅਤੇ ਮੈਂ ਪਰਿੰਦੇ ਖੋਲ ਦਿੰਦਾ ਜਲਦੀ ਜਲਦੀ ਦਾਊਦ ਪਰਿੰਦੇ ਖੋਲ ਛੱਡੇ ਜੇ ਕੁੱਤੇ ਆ ਕੇ ਵੀ ਰੋਟੀ ਪਾੜੀਏ ਅਤੇ ਚਲੋ ਵੀ ਹੁਣ ਜਾ ਕੇ ਪੱਠੇ ਵੱਢਣੇ ਆ ਲਿਆ ਤੂੰ ਚੜੀ ਵੱਢ ਨਹੀਂ ਚੜੀ ਵੱਢ ਤੂੰ ਦਾਊ ਚੜੀ ਵੱਢੇਗਾ ਮੈਂ ਘਾਹ ਵੱਢਾਂਗਾ ਘਾਹ ਦਾ ਐਡਾ ਕੁ ਲੱਦਾ ਵੱਢ ਲਾਂਗਾ ਅਤੇ ਦਾਊ ਚੜੀ ਦਾ ਲੱਦਾ ਵੱਢ ਲੇਗਾ ਅਤੇ ਲੈ ਕੇ ਘਾਹ ਨੂੰ ਜਿਹੜੀ ਇੱਕ ਗਾਈ ਹੈ ਬਹੁਤੇ ਪੱਠੇ ਨਹੀਂ ਵੱਢਣੇ ਪੈਂਦੇ ਮੈਂ ਇੱਥੋਂ ਵੱਢਾਂਗਾ ਘਾਹ ਅਤੇ ਦਾਊ ਨੂੰ ਚੜੀ ਵੱਢਣੀ ਜੇ ਦਾਊਦ ਕੋਈ 2-3 ਢੇੜੀਆਂ ਵੱਢ ਕੇ ਚੁੱਕ ਲਿਆ ਕੱਲੇ ਟਾਂਡੇ ਟਾਂਡੇ ਘਾਹ ਮੈਂ ਵੱਢ ਲੈਣਾ ਚਲੋ ਵੀ ਹੁਣ ਜਲਦੀ ਜਲਦੀ ਪੱਠੇ ਵੱਢੀਏ ਅਤੇ ਫਿਰ ਮਿਲਣੇ ਤੁਹਾਨੂੰ ਧੁੱਪ ਵੀ ਚੜ੍ਹਦੀ ਪਈ ਹੈ ਧੁੱਪ ਚੜ੍ਹਨ ਤੋਂ ਪਹਿਲਾਂ ਕੰਮ ਮੁਕਾ ਲਈਏ ਤੁਸੀਂ ਆਹ ਸਮਝੋ ਕਿ ਸੂਰਜ ਤਾਂ ਚੜ੍ਹ ਗਿਆ ਸੂਰਜ ਹਜੇ ਚੜ੍ਹਿਆ ਨਾ ਹੁਣ ਹਜੇ ਚੜ੍ਹਿਆ ਹਜੇ ਹੁਣ ਨਿਕਲਿਆ ਸੂਰਜ ਅਤੇ ਹਜੇ ਗਰਮੀ ਘੱਟ ਹੈ ਜਿਵੇਂ ਜਿਵੇਂ ਟਾਈਮ ਵਧੀ ਜਾਣਾ ਉਵੇਂ ਗਰਮੀ ਵੀ ਵਧੀ ਜਾਣੀ ਹੈ ਦਾਊਦ ਨੇ ਚੜ੍ਹੀ ਵੱਢ ਲਿਆਂਦੀ ਜੇ ਅਤੇ ਮੈਂ ਹਜੇ ਥੋੜ੍ਹਾ ਜਿਹਾ ਘਾਹ ਵੱਢਿਆ ਜੇ ਹੁਣ ਦੋਵੇਂ ਜਣੇ ਰਲ ਕੇ ਥੋੜ੍ਹਾ ਜਿਹਾ ਹੋਰ ਘਾਹ ਵੱਢਣੇ ਆ ਅਤੇ ਫਿਰ ਪੱਠੇ ਪਾਣੀਆਂ ਚੜ੍ਹਨੇ ਜੀ ਪੱਠੇ ਵੱਢਦੇ ਜੇ ਬਈ ਹੁਣ ਚੜ੍ਹਨੇ 'ਚ ਪਾਈਏ ਪੱਠੇ ਚੜ੍ਹਨੇ 'ਚ ਬੰਨ ਲਏ ਜੇ ਅਤੇ ਹੁਣ ਚੁੱਕ ਕੇ ਅਤੇ ਬਾਹਰ ਖੜਨੇ ਜੇ ਬੜੇ ਚੁੱਪਦੇ ਜੇ ਪੱਠੇ ਬਾਈ ਪੱਠੇ ਲਿਆਉਂਦੇ ਜੇ ਹੁਣ ਦਾਊਦ ਦੇ ਪਰਿੰਦੇ ਸਾਨੂੰ ਡੱਕੀਏ ਅਤੇ ਪੱਠੇ ਲੈ ਕੇ ਚੜੀਏ ਕਾਰ ਨੂੰ ਦੋ ਪਰਿੰਦੇ ਅੰਦਰ ਡੱਕ ਲਗਾ ਦੇ
ਦਾਊ ਦੇ ਪਰਿੰਦੇ ਰੱਖ ਛੜੇ ਜੇ, ਹੁਣ ਪੁੱਠੇ ਚੁੱਕ ਕੇ ਮੋਟਰਸਾਈਕਲ 'ਚ ਰੱਖੀਏ ਅਤੇ ਲੈ ਕੇ ਚੱਲੀਏ ਕਾਰ ਨੂੰ। ਪੱਠੇ ਵੇਲੀ ਲੈ ਆਉਂਦੇ ਜੇ, ਹੁਣ ਚੱਲੀਏ ਘਰ ਅਤੇ ਜਾ ਕੇ ਧਾਰ ਕੱਢੀਏ। ਅੱਬੂ ਹੋਰੀ ਗਾਂ ਦੇ ਕੋਲ ਖਲੋਤੇ, ਮੈਨੂੰ ਲੱਗਦਾ ਉਹਨਾਂ ਧਾਰ ਕੱਢ ਲਈਏ। ਜੇ ਕੱਢ ਲਈ ਹੋਈ ਨਾ ਗਾਲਾਂ ਪੈ ਨਾ, ਅੱਬੂ ਕਹਿੰਦਾ ਤੁਹਾਨੂੰ ਨਹੀਂ ਪਤਾ ਸੁਬਹਾ ਸੁਬਹਾ ਧਾਰ ਕੱਢਣੀ ਹੁੰਦੀ ਹੈ ਅਤੇ ਤੁਸੀਂ ਪਹਿਲਾਂ ਪੱਠੇ ਲੈਣ ਤੁਰ ਜਾਂਦੇ ਹੋ, ਅਤੇ ਚਲੋ ਵੇਖਦੇ ਹਾਂ ਕੀ ਬਣਦਾ। ਅੱਬੂ ਜੀ ਕੱਢ ਲਈ ਜੀ ਧਾਰ? ਨਹੀਂ ਧਾਰ ਤਾਂ ਨਹੀਂ ਕੱਢੀ, ਅਜੇ ਤਾਂ ਮੈਂ ਪਾਣੀ ਡਾਇਆ ਉਹਨੂੰ। ਮੈਂ ਆਖਿਆ ਗਾਂ ਕੋਲ ਫਿਰਦੇ ਪਏ ਨੇ, ਅੱਜ ਅੱਬੂ ਨਾਲ ਕੱਢ ਛੱਡੀਏ, ਇਹ ਫਿਰ ਮੈਨੂੰ ਹੀ ਕੱਢਣੀ ਪੈਣੀ ਅੱਜ ਵੀ। ਨਹੀਂ ਕੱਢ ਲੈ ਗਾਂ ਹੋ ਕੇ ਧਾਰ। ਚਲੋ ਵੀ ਧਾਰ ਕੱਢੀ, ਤਾਂ ਬਾਲਟੀ ਲੈ ਕੇ ਛੱਤ ਤੋਰ ਕੇ ਦਲੀਆ ਰਲਾ ਕੇ। ਹਾਂਜੀ ਫਿਰ ਧਾਰ ਕੱਢਿਆ ਕਰ। ਠੀਕ, ਦਾਊ ਨੇ ਛੱਤ ਤੋਂ ਬਾਲਟੀ ਲਿਆ ਦਿੱਤੀ ਜੇ, ਹੁਣ ਗਾਂ ਦੀ ਧਾਰ ਕੱਢੀਏ। ਗਾਂ ਦੀ ਧਾਰ ਕੱਢ ਲਈ ਜੇ, ਹੁਣ ਚੱਲੀਏ ਘਰ ਅਤੇ ਘਰ ਜਾ ਕੇ ਰੋਟੀ ਖਾਈਏ, ਬੜੀ ਭੁੱਖ ਲੱਗ ਗਈ ਜੇ। ਸੁਬਹਾ ਦਾ ਕੰਮ ਲੱਗਾ, ਟਾਈਮ ਹੋ ਗਿਆ ਜੀ 8 ਵਜੇ ਦਾ, 8:30 ਦਾ। ਲਓ ਜੀ ਅੜੀ ਰੋਟੀ ਆ ਗਈ ਜੇ, ਸਾਲਨ ਜੇ, ਗੁਛਦਾ ਅਤੇ ਨਾਲ ਪਰਾਂਠੇ। ਅਸਲਾਮ ਵਾਲੇਕੁਮ, ਕੀ ਹਾਲ ਚਾਲ ਭਾਈ? ਸਾਰੇ ਠੀਕ ਠਾਕ ਨਾ ਭਾਈ? ਯਾਰ ਜਿਵੇਂ ਤੁਹਾਨੂੰ ਸਾਰਿਆਂ ਪਤਾ, ਅਸੀਂ ਲਵਾਇਆ ਸੋਲਰ ਪੈਨਲ ਅਤੇ ਇਹਦੇ ਉੱਤੇ ਨਾ ਜਿਹੜੇ ਸਾਡੇ ਕਬੂਤਰ ਨੇ ਉਹ ਬਹਿ ਕੇ ਬਿੱਠਾ ਕਰਦੇ ਨੇ, ਆਹ ਚੈੱਕ ਕਰੋ ਸਾਰਾ ਗੰਦਾ ਘਰ ਛੱਡਿਆ। ਅਤੇ ਅੱਬੂ ਨਾਲ ਮੈਂ ਪੁੱਛਿਆ ਸੀ, ਅੱਬੂ ਹੋਰੀ ਕਹਿੰਦੇ ਹਨ ਡੇਰੇ ਲੈ ਆਈਏ ਕਬੂਤਰ, ਅਤੇ ਦਾਊ ਨੂੰ ਨਹੀਂ ਪਤਾ ਕਬੂਤਰ ਡੇਰੇ ਕਰਨੇ ਨੇ, ਦਾਊ ਨੂੰ ਕਹਿੰਦੇ ਆ ਸੇਲ ਕਰਨੇ ਨੇ। ਚਲੋ ਪਾਈਏ ਪਿੰਜਰੇ 'ਚ ਅਤੇ ਸੇਲ ਕਰਕੇ ਆਈਏ ਅਤੇ ਵੇਖਦੇ ਹਾਂ ਦਾਊ ਕੀ ਕਰਦਾ, ਦਾਊ ਦਾ ਕੀ ਰਿਐਕਸ਼ਨ ਹੁੰਦਾ। ਵੈਸੇ ਉਹਦੇ ਕਬੂਤਰ ਉਹਨੂੰ ਦਾਊ ਨੂੰ ਪਤਾ, ਜੇ ਇੱਕ ਵਾਰੀ ਵਿਕ ਗਏ ਤਾਂ ਫਿਰ ਦੁਬਾਰਾ ਨਹੀਂ ਲੱਭਣੇ। ਦਾਊ ਨੂੰ ਇੰਨਾ ਸ਼ੌਕ ਹੈ ਕਬੂਤਰਾਂ ਦਾ, ਆਪਣੇ ਜਿੰਨੇ ਵੀ ਪਰਿੰਦੇ ਹੈ ਨਾ ਬਾਕੀ ਸਾਰੇ, ਉਹ ਡੇਰੇ ਲੈ ਗਏ ਅਤੇ ਕਬੂਤਰ ਨਹੀਂ ਉਹਨੇ ਡੇਰੇ ਜਾਣ ਦਿੱਤੇ। ਇੱਥੇ ਕਬੂਤਰ ਰੱਖੇ ਨੇ ਛੱਤ 'ਤੇ, ਸਾਰੀ ਦਿਹਾੜੀ ਛੱਤ 'ਤੇ ਰਹਿੰਦਾ, ਕਬੂਤਰ ਫੜਦਾ ਰਹਿੰਦਾ, ਡਾਂਦਾ ਰਹਿੰਦਾ ਆਪਣੇ। ਅਤੇ ਆਹ ਜਦੋਂ ਉਹਦੇ ਕਬੂਤਰ ਬੈਠੇ, ਜਦੋਂ ਇੱਕ ਚੀਜ਼ ਨਾਲ ਲਗਾਓ ਹੋਈਏ ਨਾ, ਪਿਆਰ ਹੋਈਏ, ਅਤੇ ਫਿਰ ਜਦੋਂ ਉਹ ਦੂਰ ਜਾਂਦੀ ਤਾਂ ਸੱਚੀ ਗੱਲ ਦੁੱਖ ਲੱਗਦਾ ਏ। ਅਤੇ ਹੁਣ ਦਾਊ ਨੂੰ ਤਕਰੀਬਨ 2-3 ਸਾਲ ਹੋ ਗਏ ਨੇ ਕਬੂਤਰ ਰੱਖਿਆ ਨੂੰ। ਪਹਿਲਾਂ ਤਾਂ ਇਕੱਲਾ ਸ਼ੌਂਕ ਸੀ ਅਤੇ ਕਬੂਤਰ ਨਹੀਂ ਲਾ ਕੇ ਦਿੰਦੇ, ਅਸੀਂ ਆਖਿਆ ਕਿ ਲੋਕਾਂ ਦੀਆਂ ਛੱਤਾਂ 'ਚ ਕੀ ਚੜ੍ਹਨਾ। ਅਤੇ ਫਿਰ ਜਦੋਂ ਆਪਣੀ ਛੱਤ ਸਾਰਾ ਨਾਲ ਉੱਚੀ ਹੋਈ, ਇੱਥੇ ਆਣ ਕੇ ਕਬੂਤਰ ਬਹਿੰਦੇ ਹਨ, ਫਿਰ ਦਾਊ ਕਹਿੰਦਾ ਮੈਨੂੰ ਲਾ ਦਿਉ 2-4 ਕਬੂਤਰ, ਅਤੇ ਫਿਰ ਉਹਨੂੰ ਵਾਹਵਾ ਸਾਰੇ ਕਬੂਤਰ ਲੈ ਕੇ ਦਿੱਤੇ ਹਨ। ਅਤੇ ਹੁਣ ਉਹਦਾ ਚੰਗਾ ਭਲਾ ਦਿਲ ਲੱਗਾ ਕਬੂਤਰਾਂ ਦੇ ਨਾਲ, ਜਦੋਂ ਯੱਕਦਾ ਮੈਂ ਆਖਿਆ ਕਿ ਸੇਲ ਕਰਨੇ ਨੇ, ਅਤੇ ਫਿਰ ਉਹਨਾਂ ਰੋਣ ਲੱਗ ਪੈਣਾ। ਮੈਨੂੰ ਤਾਂ ਲੱਗਦਾ ਰੋਏਗਾ, ਪਰ ਪੱਕਾ ਨਹੀਂ ਪਤਾ ਰੋਂਦਾ ਕਿ ਨਹੀਂ, ਕੀ ਪਤਾ ਅੱਕੀਆ ਹੋਏ ਕਬੂਤਰਾਂ ਤੋਂ ਕਹੋ ਪਾਓ ਪਿੰਜਰੇ 'ਤੇ ਵੇਚ ਕੇ ਆਓ। ਦਾਊ ਨੂੰ ਮੈਂ ਇੰਝ ਕਹਿਣਾ ਕਿ ਕਬੂਤਰ ਆਪਣੇ ਫੜਦੇ, ਕਿਉਂਕਿ ਉੱਡਦੇ ਨਾ ਕਬੂਤਰ, ਅਤੇ ਮੇਰੇ ਕੋਲ ਕਬੂਤਰ ਨਹੀਂ ਫੜੇ ਜਾਂਦੇ। ਅਤੇ ਦਾਊ ਨੂੰ ਮੈਂ ਕਹਾਂਗਾ ਦਾਊ ਫੜਦੇ ਅਤੇ ਪਿੰਜਰੇ 'ਚ ਪਾ ਦੇ, ਮੈਂ ਵੇਚ ਕੇ ਆਉਣੇ ਨੇ, ਅਤੇ ਵੇਖਦੇ ਹਾਂ ਦਾਊ ਕੀ ਕਰਦਾ। ਇੰਝ ਉਹਨੂੰ ਕੋਈ ਹੋਰ ਕੋਈ ਕੰਮ ਕਿਹਾ ਨਾ, ਉਹਨੂੰ ਪਤਾ ਲੱਗ ਜਾਣਾ ਕਿ ਜਾਣ ਕੇ ਲੱਗੇ ਨੇ। ਉਹਨੂੰ ਇੰਝ ਕਹਾਂਗਾ ਨਾ ਮੇਰੇ ਕੋਲ ਫੜੇ ਨਹੀਂ ਜਾਂਦੇ, ਕਿਉਂਕਿ ਮੈਂ ਕਦੀ ਕਬੂਤਰ ਫੜੇ ਦੇ ਹੈ ਨਹੀਂ, ਦਾਊ ਦੀ ਫੜਦਾ ਫੁੜਦਾ। ਦਾਊ ਦੇ ਇੱਧਰ ਆ ਗੱਲ ਸੁਣ ਯਾਰ, ਦਾਊ ਦੇ ਅੱਬੂ ਹੋਰੀ ਕਹਿੰਦੇ ਹਨ ਕਬੂਤਰ ਵੇਚ ਦਿਓ, ਸੇਲ ਕਰ ਦਿਓ, ਅਤੇ ਮੇਰੇ ਕੋਲ ਫੜੇ ਨਹੀਂ ਜਾਂਦੇ ਆ ਪਿੰਜਰੇ 'ਚ ਪਾ ਦੇ ਫੜ ਕੇ। ਕਿੰਨੇ ਆਖਿਆ? ਅੱਬੂ ਹੋਰ ਆਖਿਆ ਜੀ ਮੈਨੂੰ, ਅੱਬੂ ਹੋਰ ਆਖਿਆ ਸੇਲਰ ਪੈਨਲ ਡੇਲੀ ਨਹੀਂ ਧੋਇਆ ਜਾਣਾ ਕਰਨਾ, ਜੇ ਕਬੂਤਰ ਛੱਤ 'ਤੇ ਰਹੇ ਨਾ ਤਾਂ ਡੇਲੀ ਧੋਣਾ ਪੈਣਾ ਕਰਨਾ। ਅਤੇ ਅੱਬੂ ਹੋਰੀ ਕਹਿੰਦੇ ਨੇ ਪਰਾਂ ਫਰਕ ਕਰਾਓ, ਸੇਲ ਕਰੋ। ਅਬੇ ਮੈਂ ਤੋਹਰਾ ਕਰਾਂਗਾ, ਉਹ ਵੇਚਣੇ ਨਹੀਂ। ਇੱਧਰ ਆ ਵੇ, ਆ ਤੈਨੂੰ ਮਹਾਂ ਪੈਨਲ ਕਿੰਨੇ ਗੰਦੇ ਹੋਏ ਨੇ, ਸੋਲਰ ਕਿੰਨਾ ਗੰਦਾ ਹੋਇਆ, ਅਤੇ ਤੈਨੂੰ ਮਾਰ, ਤੈਨੂੰ ਬੁਲਾ ਨਹੀਂ ਪੁੱਛਿਆ ਲੈਣ ਵਾਸਤੇ, ਤੈਨੂੰ ਸਭ ਸੱਦਣ ਦਿਆ ਵੇਚਣੇ ਨੇ ਕਿ ਨਹੀਂ, ਤੈਨੂੰ ਕਹਿੰਦੇ ਪਿੰਜਰੇ 'ਚ ਪਾ ਕੇ ਦੇ, ਫੜ ਕੇ ਦੇ ਮੈਨੂੰ, ਮੈਂ ਦੇ ਕੇ ਆਵਾਂ। ਨਹੀਂ ਵੇਚਣੇ ਨਹੀਂ, ਮੈਂ ਵੀਡੀਓ ਬਣਾਉਣੀ ਕਰਨੀ ਆ ਇਹਨਾਂ ਨਾਲ। ਇਹਨਾਂ ਨਾਲ ਤਾਂ ਇੱਧਰ ਰਾਤ ਨੂੰ ਹਾਂ ਮੰਦਰ ਚੈੱਕ ਕਰਨਾ ਵੇ, ਧੋਰਾ ਕਰਾਂ ਡੇਲੀ ਧੋਣੇ ਪੈਣੇ ਕਰਨੇ ਨੇ। ਤੂੰ ਤੂੰ ਫਿਰ ਅੱਗੋਂ ਕੰਮ ਸ਼ਾਮ ਹੋਰ ਵੀ ਕਰਨੇ ਕਿ ਇਹੀ ਇੱਕੋ ਹੀ ਕੰਮ ਹੈ? ਆਹ ਚੈੱਕ, ਆਹ ਪੈਣੇ, ਆਹ ਸੋਲਰ ਵੀ ਸਾਰੇ ਗੰਦੇ ਨੇ, ਅਤੇ ਤੈਨੂੰ ਦੂਸਰੇ ਸੋਲਰ ਵੀ ਵਿਖਾਉਣਾ ਵਾ। ਆਹ ਚੈੱਕ ਕਰ, ਆਹ ਸੋਲਰ ਵੇ, ਆਹ ਇੱਧਰ ਆ, ਇੱਧਰ ਆਹ ਬਿੱਠਾ ਚੈੱਕ ਕਰ।
ਇਹ ਕੈਸ ਰੋਕ ਨੂੰ ਤੂੰ ਐਂ ਕਰੇਂਗਾ ਇੱਥੇ ਪਾਣੀ ਰੋੜ ਕੇ ਰੈਪਰ ਨਾਲ ਫੜ ਕੇ ਬੋਤਲ ਫੜ ਕੇ ਪਿੰਜਰੇ ਚ ਪਾ ਵੇਚਣੇ ਨਹੀਂ ਵੇਚਣੇ ਨੇ ਬੁਰਾ ਮੈਨੂੰ ਆਖਿਆ ਸੇਲ ਕਰਕੇ ਆ ਫੜ ਕੇ ਦੇ ਦੋ ਦਿਆ ਤੂੰ ਕੁੱਟ ਖਾ ਲੈਣੀ ਹੈ ਡਹਾੜੇ ਉਹ ਸਾਰੇ ਬੂਤਰ ਫੜ ਜਲਦੀ ਕਬੂਤਰ ਡਹਾੜੇ ਚਵਲ ਜੀ ਨੇ ਹੁਣ ਉਹ ਸ਼ਾਮਾਂ ਤੱਕ ਬਹਿਣਗੇ ਨਾ ਸਗੋਂ ਚੰਗਾ ਨੀ ਮੈਂ ਤਾਂ ਨੀ ਵੇਚਣੇ ਕਬੂਤਰ ਫੜ ਕਬੂਤਰ ਫੜ ਕੇ ਜਲਦੀ ਪਿੰਜਰੇ ਚ ਪਾ ਦੇ ਛੱਡ ਕੇ ਆਉਣੇ ਸੱਚੀ ਮੁੱਚੀ ਵੇਚ ਕੇ ਆਉਣੇ ਨੇ ਉਹ ਸਰ ਕਹਿੰਦੇ ਹੇਰੇ ਨੇ ਭਾਈ ਨੂੰ ਤੇ ਕੋਈ ਪੈਸੇ ਲੈ ਕੇ ਤੇ ਦੇ ਕੇ ਆਏ ਨੇ ਇੰਨਾ ਚਿਰ ਹੋ ਗਿਆ ਤੇ ਫਿਰ ਹੁਣ ਜਿਹੜੀ ਮੇਰੀ ਗਾਈ ਹੈ ਜੇ ਬੋਰੀ ਕੱਲ ਨੂੰ ਕਹਿਣਗੇ ਕਿ ਵੇਚਣੀ ਮੈਂ ਕਹਾਂਗਾ ਮੈਨੂੰ ਇੰਨਾ ਚਿਰ ਹੋ ਗਿਆ ਮੈਂ ਨੀ ਵੇਚਣ ਦੇਣੀ ਮੈਂ ਤੇ ਕਹਿਣਾ ਵੇਚੋ ਗਾਂ ਜਾਨ ਛਡਾਓ ਪੱਠਿਆਂ ਨੂੰ ਕਿਹਦਾ ਗਿੱਜੇ ਬਾਤ ਮਾਰ ਜੇ ਕੋਈ ਇੱਕ ਵੀ ਆ ਗਿਆ ਤੇਰੇ ਕੋਲ ਤੇ ਫਿਰ ਨੀ ਖੜਦਾ ਮੇਰੇ ਕੋਲ ਨੀ ਆਇਆ ਥੱਲੇ ਜਾ ਬਹਿ ਜਾ ਥੱਲੇ ਆਣ ਕੇ ਤੇ ਉਹ ਤਾਂ ਫਿਰ ਆਪਣੇ ਆਪ ਆਣ ਕੇ ਬਹਿਣਾ ਹੀ ਬਹਿਣਾ ਉਹਨਾਂ ਕਿਤੇ ਨਾ ਕਿਤੇ ਦਾ ਕੀ ਕਰਨਾ ਘਰ ਨੀ ਨਾ ਰੱਖਣੇ ਘਰ ਉਹਨੂੰ ਪਲੇਟਾਂ ਲੱਗ ਗਈਆਂ ਡੇਲੀ ਪਲੇਟਾਂ ਧੋਣੀਆਂ ਕੋਈ ਹੋਰ ਕੰਮ ਨੀ ਕਰਨਾ ਤੇ ਫਿਰ ਡੇਰੇ ਸੀ ਆਪਾਂ ਪਿਆਰੇ ਕਰੇਗਾ ਕੋਈ ਕਬੂਤਰ ਲੈਣ ਆਇਆ ਨਾਲ ਕੁੱਤੇ ਵੀ ਲਾਈਏਗਾ ਕੁੱਤੇ ਚੁੱਕ ਕੇ ਖੜੇਗਾ ਨਾਲ ਸਾਰੇ ਪਰਿੰਦੇ ਲਾਈਏਗਾ ਤੁਹਾਡੇ ਨੂੰ ਤੈਨੂੰ ਪਤਾ ਕਬੂਤਰਾਂ ਦੇ ਕਿੰਨੇ ਲੋਕ ਸ਼ੌਕੀਨ ਹੁੰਦੇ ਨੇ ਸਾਡੀ ਚੌਥੀ ਮੰਦਰ ਤੇ ਇੱਥੇ ਬਿਨਾਂ ਦਸ ਨੂੰ ਚਾੜਾ ਹੁੰਦੇ ਨੇ ਕਬੂਤਰ ਫੜਨ ਹਜੇ ਅਸੀਂ ਆਪ ਹੀ ਰੱਖੇ ਨੇ ਫਿਰ ਵੀ ਚਾੜਾ ਹੁੰਦੇ ਨੇ ਕਿ ਮੇਰਾ ਕਬੂਤਰ ਆਇਆ ਮੈਨੂੰ ਕਬੂਤਰ ਦਿਓ ਮੈਂ ਆਪਣਾ ਕਬੂਤਰ ਆਪ ਹੀ ਲੈ ਕੇ ਜਾਣਾ ਕੀ ਰੋਣ ਲੱਗ ਪਿਆ ਤੇ ਰੋਣ ਦਿਆ ਗੱਲ ਕਬੂਤਰ ਕਬੂਤਰ ਕੀ ਕਰਨੇ ਕਬੂਤਰ ਚਲੋ ਕੋਈ ਸ਼ਹਿਰ ਰੱਖੀ ਹੁੰਦੀ ਮੈਂ ਵੀ ਗਾਂ ਰੱਖੀ ਮੈਨੂੰ ਵੀ ਗਾਂ ਪਿਆਰੀ ਹੈ ਪਰ ਮੇਰੇ ਨੂੰ ਵੇਚਦਾ ਪਿਆ ਵੇਚ ਛੱਡ ਨਹੀਂ ਯਾਰ ਹੁਣ ਤੁਸੀਂ ਉੱਥੇ ਡੇਰੇ ਕਹਿੰਦੇ ਕੁੱਕੜੀਆਂ ਮੇਰੀਆਂ ਤੁਸੀਂ ਆਂਡੇ ਖਾਂਦੇ ਹੋ ਤੇ ਮੈਂ ਤੁਹਾਡੇ ਵਾਸਤੇ ਰੱਖੇ ਮੈਂ ਮੈਨੂੰ ਕੰਮ ਦੇ ਆਂਡੇ ਖਾਣੇ ਨੀ ਆਂਡੇ ਖਾਣੇ ਨੀ ਫਿਰ ਰੱਖੇ ਨੇ ਨਾ ਬੱਚੇ ਵੇਖਣਾ ਮੈਂ ਬੱਚੇ ਵੇਖਣਾ ਮੈਂ ਹਾਂ ਹਰ ਵਾਰੀ ਆਂਡੇ ਤੋੜ ਛੱਡ ਤੂੰ ਬੱਚੇ ਕਿੱਥੇ ਵੇਖਣ ਦਿੱਤੇ ਨੇ ਹੁਣ ਕਿ ਬੱਚੇ ਬੱਚੇ ਦਿੰਦੇ ਨੇ ਨਹੀਂ ਆਂਡੇ ਦਿੰਦੇ ਬੱਚੇ ਲੈ ਤੇਰੀ ਸਮਝ ਲੱਗਦੀ ਨਹੀਂ ਪਈ ਰੋਂਦਾ ਪਿਆ ਤੇ ਬਈ ਉਹ ਖਰਨੇ ਨੂੰ ਬੋਹਣਾ ਆਖਿਆ ਬੋਹਣ ਮੈਂ ਫਿਰ ਕੀ ਕਹਾਂ ਮੈਂ ਬੋਹਣ ਬੋਹਣਾ ਆਖਿਆ ਛੱਡ ਗਿਆ ਹੋਗਾ ਲੋ ਜੀ ਫਿਰ ਦਾਊਦ ਰੋਣ ਲੱਗ ਪਿਆ ਦਾਊਦ ਨੇ ਕਬੂਤਰ ਵੀ ਸਾਰੇ ਡਹਾੜੇ ਨੇ ਹੁਣ ਇਹ ਸ਼ਾਮਾਂ ਤੱਕ ਬਹਿਣੇ ਵੀ ਨਹੀਂ ਤੇ ਫਿਰ ਕੱਲ੍ਹ ਸੁਬਾਹ ਸੁਬਾਹ ਵੇਚ ਆਵਾਂਗੇ ਨਹੀਂ ਮੈਂ ਨਹੀਂ ਵੇਚਣਦੇ ਜੇ ਨਹੀਂ ਨਾ ਵੇਚਣੇ ਤੇ ਤੇਰੇ ਕੋਲ ਕੱਲ੍ਹ ਸੁਬਾਹ ਸੁਬਾਹ ਟਾਈਮ ਵੀ ਸਾਰੇ ਕਬੂਤਰਾਂ ਦੇ ਪਰ ਕੱਟ ਕੇ ਨਾ ਮੈਨੂੰ ਪਿੰਜਰੇ 'ਚ ਪਾ ਕੇ ਦੇ ਮੈਂ ਡੇਰੇ ਛੱਡ ਆਉਣਾ ਜੇ ਪਰ ਨਾ ਕੱਟੇ ਤੇ ਮੈਂ ਫੜ ਕੇ ਵੇਚ ਛੱਡਣੇ ਜੋ ਸ਼ਾਮੀ ਅੰਦਰ ਵੜੇ ਮੈਂ ਫੜ ਕੇ ਵੇਚ ਛੱਡਣੇ ਠੀਕ ਹੈ ਕੱਲ੍ਹ ਸੁਬਾਹ ਤੱਕ ਪਰ ਕੱਟੇ ਹੋਣੇ ਚਾਹੀਦੇ ਨੇ ਮੈਂ ਪਰ ਡੇਰੇ ਛੱਡ ਕੇ ਆਉਣੇ ਨਾ ਜੇ ਨਹੀਂ ਤਾਂ ਐਵੇਂ ਫਿਰ ਵੇਚ ਛੱਡਣੇ ਨਾ ਪੀਰ ਕਿਹੜਾ ਉਹਨਾਂ ਨੂੰ ਵੇਚਣੇ ਨਹੀਂ ਜੇ ਚੱਲ ਵੇਚਦੇ ਨਹੀਂ ਪਰ ਕਰਨਾ ਹੀ ਰੋਣ ਲੱਗ ਪਿਆ ਚਵਲ ਜਿਹਾ ਅਤੇ ਫਿਰ ਆਪੀ ਬੋਰਾਂ ਨੂੰ ਕੁਛ ਨਾ ਕੁਛ ਕਹਿ ਲਾਂਗੇ ਜਲਦੀ ਕਬੂਤਰ ਫੜਨੇ ਨਹੀਂ ਸ਼ਾਮਾਂ ਤੱਕ ਫੜ ਕੇ ਪਰ ਕੱਟ ਛੱਡ ਸਕਦੇ ਆਪੇ ਸ਼ਾਮੀ ਬਹਿਣਗੇ ਫਿਰ ਫੜ ਛੱਡਾਂਗਾ ਫੜ ਨਹੀਂ ਛੱਡਾਂਗਾ ਫੜਨੇ ਪਰ ਕੱਟਣੇ ਨੇ ਲਓ ਜੀ ਦਾ ਥੱਲੇ ਤੁਰ ਗਿਆ ਜੇ ਅਤੇ ਕਬੂਤਰ ਸਾਰੇ ਡਾ ਗਿਆ ਜੇ ਮੇਰੀ ਸਲਾਹ ਸੀ ਕੋਈ ਫੜ ਕੇ ਚਾਰ ਪੰਜ ਪਿੰਜਰੇ 'ਚ ਪਵਾਵਾਂਗਾ ਪਰ ਉਹ ਆਉਂਦਿਆਂ ਸਾਰ ਡਾ ਕੇ ਤਾਂ ਰੋਣ ਲੱਗ ਪਿਆ ਕਹਿੰਦਾ ਮੈਂ ਨਹੀਂ ਵੇਚਣੇ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਅਤੇ ਚਲੋ ਫੜ ਮੈਂ ਫੜ ਕੇ ਪੜ ਕੱਟਣੇ ਹਨ ਉਹ ਆਪ ਹੀ ਪਰ ਵੀ ਕੱਟ ਛੜੇਗਾ ਤਾਂ ਸਿੱਧਾ ਲੈ ਜਾਵਾਂਗੇ ਡੇੜੇ ਮੇਰਾ ਅੱਧਾ ਕੰਮ ਤਾਂ ਮੁੱਕ ਗਿਆ ਜੇ ਐਸੇ ਬਣੇ ਅਤੇ ਫਿਰ ਸੁਬਾਹ ਇਨਸ਼ਾਲਾ ਕਬੂਤਰ ਵਾਲੇ ਡੇੜੇ ਤੁਰ ਜਾਣਗੇ ਦੋ ਨੂੰ ਆਸ਼ਰਿਆ ਪਰ ਕੱਟ ਛੜਨੇ ਤਾਂ ਮੈਂ ਵੇਚ ਛੱਡਣੇ ਨਹੀਂ ਅਤੇ ਰੋਂਦਾ ਰੋਂਦਾ ਥੱਲੇ ਤੁਰ ਗਿਆ ਕਹਿੰਦਾ ਜਦੋਂ ਬਹਿਣਗੇ ਕੱਟ ਛੜਾਂਗਾ ਆਹ ਜੇ ਵੀ ਮੇਰਾ ਅੱਜ ਦਾ ਮਿਲਦਾ ਜਾਂ ਵਲਾਗ ਉਮੀਦ ਕਰਨ ਤੁਹਾਨੂੰ ਵੇਖ ਕੇ ਮਜ਼ਾ ਆਏਗਾ ਜੇ ਮਜ਼ਾ ਆਇਆ ਜੇ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਅਤੇ ਨਾਲੇ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਫਿਰ ਮਿਲਾਂਗੇ ਨੈਕਸਟ ਵਲੋਗ 'ਚ ਅੱਲਾ ਹਾਫਿਜ਼।